ਬੜਾ ਕੁਝ ਸੁਣਿਆ ਆਪਣੇ ਬਾਰੇ ਸਿੱਧੂ ਏ ਸਿੱਧੂ ਯੂ ਕੈਨ ਸੇ ਵਟ ਯੂ ਵਾਂਟ ਬਟ ਡੋਨਟ ਫੋਰਗੇਟ ਦਿਲ ਰਾਣੀ ਮਾੜਾ ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਿੱਧੂ ਮੂਸੇਵਾਲਾ ਜਿੱਥੇ ਆਪਣੀ ਮਿਹਨਤ ਲਗਨ ਦੇ ਸਦਕਾ ਇੰਨੀ ਜਲਦੀ ਦਰਸ਼ਕਾਂ ਦੇ ਦਿਲਾਂ ਦੇ ਰਾਜ ਕਰ ਰਿਹਾ ਹੈ, ਉੱਥੇ ਹੀ ਪਿਛਲੇ ਕਾਫੀ ਸਮੇਂ ਤੋਂ ਸਿੱਧੂ ਮੂਸੇਵਾਲੇ ਦਾ ਵਿਰੋਧ ਵੀ ਹੋ ਰਿਹਾ ਸੀ। ਪਿਛਲੇ ਦਿਨੀ ਸਿੱਧੂ ਮੂਸੇਵਾਲੇ ਵੱਲੋਂ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਆਪਣੀ ਫਿਲਮ ਬਾਰੇ ਜਾਣਕਾਰੀ ਦਿੱਤੀ। ਜੀ ਹਾਂ, ਸਿੱਧੂ ਮੂਸੇਵਾਲੇ ਦੀ ਇੱਕ ਫਿਲਮ ਵੀ ਆ ਰਹੀ ਹੈ। ਅਸੀਂ ਇਸ ਤੋਂ ਪਹਿਲਾਂ ਇੱਕ ਵੀਡੀਓ ਵਿੱਚ ਦੱਸਿਆ ਸੀ, ਤੁਸੀਂ ਉਸ ਵੀਡੀਓ ਨੂੰ ਜਾ ਕੇ ਦੇਖ ਸਕਦੇ ਹੋ। ਹੁਣ ਫਿਰ ਇੱਕ ਵੀਡੀਓ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ। ਜਦੋਂ ਨਿੰਜੇ ਤੋਂ ਸਿੱਧੂ ਮੂਸੇਵਾਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਈ ਤਰ੍ਹਾਂ ਦੀਆਂ ਅਰਾਮ ਗੱਲਾਂ ਦੱਸੀਆਂ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਸਿੱਧੂ ਮੂਸੇਵਾਲੇ ਦਾ ਉਸਤਾਦ ਇੱਕ ਹੀ ਹੈ ਅਤੇ ਸਿੱਧੂ ਮੂਸੇਵਾਲਾ ਬਹੁਤ ਹੀ ਜ਼ਿਆਦਾ ਮਿਹਨਤ ਕਰਦਾ ਹੈ। ਆਓ ਦੇਖਦੇ ਹਾਂ ਸਾਰੀ ਵੀਡੀਓ, ਆਖਿਰ ਕੀ ਕਿਹਾ ਨਿੰਜੇ ਨੇ ਸਿੱਧੂ ਮੂਸੇਵਾਲੇ ਬਾਰੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ ਜੇਕਰ ਤੁਸੀਂ ਇਸ ਚੈਨਲ 'ਤੇ ਨਵੇਂ ਹੋ ਤਾਂ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਸਬਸਕ੍ਰਾਈਬ ਕਰ, ਘੰਟੀ ਵਾਲੇ ਬਟਨ ਨੂੰ ਜ਼ਰੂਰ ਦਬਾ ਦਿਓ ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਪਹੁੰਚ ਸਕੇ। ਇਸ ਦੇ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਇਸ ਕਹਾਣੀ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ। ਸਿੱਧੂ ਮੂਸੇਵਾਲੇ ਦਾ ਸਭ ਤੋਂ ਵੱਡੀ ਯਾਰੀ ਦਾ ਰੀਜ਼ਨ ਇਹ ਸੀਗਾ ਵੀ ਅਸੀਂ ਇੱਕ ਥਾਂ ਤੋਂ ਸ਼ੁਰੂ ਹੋਏ ਅਤੇ ਮੇਰੇ ਗੁਰੂ ਜੀ ਹਰਿੰਦਰ ਸਿੰਘ ਬਿੱਟੂ ਜੀ, ਜਿਹਨਾਂ ਕੋਲ ਮੈਂ ਸਿੱਖਿਆ, ਜਿਹਨਾਂ ਕੋਲ ਸਾਰੀ ਤਾਲੀਮ ਲਈ ਹੈ ਮੈਂ ਸਿੰਗਿੰਗ ਦੀ, ਉੱਥੇ ਹੀ ਮੇਰਾ ਵੀਰ ਆਉਂਦਾ ਸੀਗਾ, ਉੱਥੇ ਸਿੱਖਦੇ ਸੀਗੇ ਅਤੇ ਜੀ ਐਨ ਈ ਬਾਈ ਪੜ੍ਹਿਆ। ਉੱਥੇ ਹੀ ਸਾਡੀ ਜਿਹੜੀ ਮੇਨ ਸਟਾਰ ਹੌਲੀ ਹੌਲੀ ਸੀ, ਜਿਹਦੇ ਬਹੁਤ ਜ਼ਿਆਦਾ ਸਾਡਾ ਪਿਆਰ ਗੂੜਾ ਹੋਇਆ। ਉਹ ਰੀਜ਼ਨ ਇੱਕ ਇਹੀ ਸੀਗਾ ਵੀ ਸਾਡੇ ਅਸੀਂ ਇੱਕ ਗੁਰ ਭਾਈ ਹਾਂ ਅਤੇ ਸਾਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਉੱਥੇ ਬਹਿ ਕੇ। ਇਹੀ ਮਿਡਲ ਕਲਾਸ ਫੈਮਿਲੀ ਵਾਲਿਆਂ ਨੂੰ ਤਾਂ ਇਹੀ ਹੁੰਦਾ ਵੀ ਸਾਡਾ ਜਵਾਕ 5-7 ਹਜ਼ਾਰ ਦੀ ਨੌਕਰੀ ਲੱਗ ਜਾਏ ਅਤੇ ਬਹੁਤ ਵਧੀਆ ਗੱਲ ਹੈ। ਇਹਨਾਂ ਕੰਮਾਂ 'ਚ ਕੀ ਰੱਖਿਆ ਨਾ ਤਾਂ ਇਹਨਾਂ ਨੂੰ ਫਾਈਨੈਂਸ ਬਹੁਤ, ਅਤੇ ਇੰਨਾ ਕੋਈ ਜ਼ਿਆਦਾ ਸਪੋਰਟ ਨਹੀਂ ਸੀ ਹੁੰਦੀ, ਬਹੁਤ ਜ਼ਿਆਦਾ ਬਹੁਤ ਘੱਟ ਸਪੋਰਟ ਹੁੰਦੀ ਸੀ। ਔਰ ਜਿੰਨਾ ਵੀ ਜੋ ਵੀ ਮੈਂ ਅੱਜ ਤੱਕ ਕੀਤਾ ਉਹ ਕਰਦਿਆਂ ਤੋਂ ਚੋਰੀ ਚੋਰੀ ਓਲੇ ਓਲੇ ਕੀਤਾ। ਔਰ ਜਿੱਥੇ ਤੱਕ ਅੱਜ ਮੈਂ ਪਹੁੰਚਿਆ, ਮੇਰੇ ਮਾਪਿਆਂ ਨੇ ਮੇਰੇ ਮੋਮ ਡੈਡੀ ਨੇ ਤਾਂ ਪ੍ਰਾਊਡ ਵੀ ਹੈ। ਔਰ ਸ਼ਾਇਦ ਉਹ ਕਿਤਨਾ ਗਏ ਤਾਂ ਇਹ ਵੀ ਸੋਚਦੇ ਨੇ, ਸ਼ਾਇਦ ਅਸੀਂ ਜੇ ਹੋਰ ਸਪੋਰਟ ਅਸੀਂ ਉਦੋਂ ਸਪੋਰਟ ਕੀਤੀ ਹੁੰਦੀ ਤਾਂ ਅੱਜ ਨਾਲੋਂ 10 ਕਦਮ ਹੋਰ ਅੱਗੇ। ਜੇਕਰ ਤੁਸੀਂ ਵੀ ਮਿਹਨਤ ਵਿੱਚ ਵਿਸ਼ਵਾਸ ਰੱਖਦੇ ਹੋ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਇਸ ਵੀਡੀਓ 'ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਸਿੱਧੂ ਮੂਸੇਵਾਲੇ ਦਾ ਕਿਹੜਾ ਗਾਣਾ ਜ਼ਿਆਦਾ ਵਧੀਆ ਲੱਗਦਾ ਹੈ। ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਹਰ ਕਿਸੇ ਨੂੰ ਸਿੱਧੂ ਮੂਸੇਵਾਲੇ ਦੀ ਮਿਹਨਤ ਦਾ ਪਤਾ ਲੱਗ ਸਕੇ। ਇਸ ਦੇ ਨਾਲ ਹੀ ਇਜਾਜ਼ਤ ਦਿਓ, ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ, ਜਿਸ ਨਾਲ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੀ ਮੋਬਾਈਲ ਸਕਰੀਨ 'ਤੇ ਸਭ ਤੋਂ ਪਹਿਲਾਂ ਮਿਲ ਸਕੇ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।